ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਕੋਟ ਫਤੂਹੀ ਦੇ ਲਾਗੇ ਪਿੰਡ ਮੰਨਣਹਾਣਾ ਵਿਖੇ ਸ੍ਰੀਮਾਨ 108 ਸੰਤ ਬਾਬਾ ਹਰੀ ਸਿੰਘ ਜੀ ਨੇਕੀ ਵਾਲਿਆਂ ਦੀ ਯਾਦ ਵਿਚ ਉਸਾਰੇ ਗੁਰਦੁਆਰਾ ਹਰੀਸਰ ਸਾਹਿਬ ਦੇ ਖੁੱਲੇ ਮੈਦਾਨ ਵਿਚ ਕੁਸ਼ਤੀਆਂ ਦੇ 29ਵੇਂ ਭਾਰਤ ਕੇਸਰੀ ਕਬਰੂਆਂ ਲਈ ਅਤੇ 17ਵੇਂ ਭਾਰਤ ਕੇਸਰੀ ਮੁਟਿਆਰਾਂ ਲਈ ਕੁਸ਼ਤੀ ਮੇਲੇ ਦਾ ਆਯੋਜਨ 12 ਤੇ 13 ਮਾਰਚ 2015 ਨੂੰ ਕੀਤਾ ਗਿਆ। ਇਹ ਸਮੁੱਚਾ ਕੁਸ਼ਤੀ ਖੇਡ ਮੇਲਾ ਗੁਰਦੁਆਰਾ ਹਰੀਸਰ ਅਤੇ ਕੁਟੀਆ ਅਮਰੂਦਾਂ ਵਾਲੀ ਦੇ ਮੁੱਖ ਸੰਚਾਲਕ ਸੰਤ ਬਾਬਾ ਬਲਵੀਰ ਸਿੰਘ ਜੀ ਅਤੇ ਸੰਤ ਬਾਬਾ ਜਸਵੰਤ ਸਿੰਘ ਜੀ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਸ੍ਰੀਮਾਨ 108 ਸੰਤ ਬਾਬਾ ਜਸਵੰਤ ਸਿੰਘ ਜੀ ਨੇ ਆਸ਼ੀਰਵਾਦ ਦੇ ਕੇ ਕੁਸ਼ਤੀਆਂ ਦੀ ਸ਼ੁਰੂਆਤ ਕਰਵਾਈ ਅਤੇ ਪਹਿਲਵਾਨਾਂ ਨੂੰ ਹੱਲਾਸ਼ੇਰੀ ਦਿੱਤੀ। ਸਾਲਾਨਾ ਕੁਸ਼ਤੀ ਮੇਲੇ ਦੇ ਵਿਸ਼ੇਸ਼ ਸਹਿਯੋਗੀ ਸਰਦਾਰ ਭੁਪਿੰਦਰ ਸਿੰਘ ਹੋਰਾਂ ਨੇ ਚੱਲ ਰਹੇ ਖੇਡ ਮੇਲੇ ਦੀ ਸਫਲਤਾ ਤੇ ਆਪਣੀ ਪ੍ਰਸੰਨਤਾ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ 108 ਸੰਤ ਬਾਬਾ ਹਰੀ ਸਿੰਘ ਨੇਕੀ ਵਾਲਿਆਂ ਦੀ ਯਾਦ ਵਿੱਚ ਦੋਹਰੇ ਕੁਸ਼ਤੀ ਮੁਕਾਬਲੇ ਅੱਜ ਸੰਨ 87 ਤੋਂ ਸ਼ੁਰੂ ਹੋ ਕੇ 29ਵੇਂ ਸਾਲ 'ਚ ਪਹੁੰਚੇ ਹਨ। ਸੰਤਾਂ ਦੀ ਅਪਰ ਪਾਰ ਕਿਰਪਾ, ਜਿਹੜੀ ਐਡਾ ਵੱਡਾ ਟੂਰਨਾਮੈਂਟ ਅੱਜ ਤੱਕ ਕਿਤੇ ਨਹੀਂ ਚੱਲਿਆ। ਅਸੀਂ ਤਾਂ ਇੰਡੀਆ ਦਾ ਹੀ ਵੱਡਾ ਟੂਰਨਾਮੈਂਟ ਕਹਿੰਦੇ, ਪਰ ਪਹਿਲਾਂ ਵਾਲੇ ਲੋਕ ਕਹਿੰਦੇ ਆ ਵੀ ਇਹ ਏਸ਼ੀਆ ਦਾ ਵੱਡਾ ਟੂਰਨਾਮੈਂਟ ਹੈ। ਸਾਨੂੰ ਵੀ ਇਸ ਮਾਣ 'ਤੇ ਖਾਸਾ ਫਖਰ ਹੈ ਵੀ ਐਡਾ ਵੱਡਾ ਟੂਰਨਾਮੈਂਟ ਸ਼ਾਂਤੀ ਚਲਾ ਸਕਦੇ, ਸਾਡੇ ਬਸ ਦੀ ਗੱਲ ਨਹੀਂ ਹੈ। ਬਾਕੀ ਇੱਥੇ ਸੰਤ ਮਹਾਤਮਾ ਸਾਰੇ ਆਉਂਦੇ ਆ ਟੂਰਨਾਮੈਂਟ ਸ਼ਿਰਕਤ ਕਰਦੇ, ਭਲਵਾਨ ਵੀ ਬਹੁਤ ਬਹੁਤ ਦੂਰ ਆਉਂਦੇ ਆ ਜੀ। ਇਸ ਵਾਰ ਵੀ ਭਲਵਾਨ ਤਕਰੀਬਨ 200 ਦੇ ਕਰੀਬ ਆਏ ਹੋਏ ਹਨ ਅਤੇ ਜੋਰਜੀਆ ਤੋਂ, ਆਸਟ੍ਰੇਲੀਆ ਤੋਂ, ਇੱਥੋਂ ਵੀ ਕੰਟਰੀਆਂ ਦੇ ਭਲਵਾਨ ਆਏ ਨੇ ਜਿਨ੍ਹਾਂ ਦਾ ਬਹੁਤ ਅੱਛਾ ਪ੍ਰਦਰਸ਼ਨ ਕਰ ਰਹੇ ਨੇ। ਸਾਡੀ ਵੀ ਪੁਰਜ਼ੋਰ ਕੋਸ਼ਿਸ਼ ਹੈ ਵੀ ਇਹ ਨੌਜਵਾਨ ਪੀੜ੍ਹੀ ਨੂੰ ਇਸ ਵਾਸਤੇ ਇਹ ਉਪਰਾਲਾ ਕੀਤਾ ਗਿਆ ਵੀ ਇੱਥੇ ਕੁਸ਼ਤੀਆਂ 'ਤੇ ਆਉਣ ਜਾਂ ਹੋਰ ਖੇਡਾਂ ਖੇਡਣ, ਨਸ਼ਿਆਂ ਤੋਂ ਦੂਰ ਰਹਿਣ। ਸਾਡਾ ਵੀ ਇਹੀ ਮੰਤਵ ਹੈ, ਸੰਤਾਂ ਦਾ ਵੀ ਇਹੀ ਜ਼ੋਰ ਲਾ ਕੇ ਮੰਤਵ ਹੈ, ਨਸ਼ਿਆਂ ਤੋਂ ਦੂਰ ਰਹਿਣ ਔਰ ਕੁਸ਼ਤੀਆਂ 'ਚ ਵੱਧ ਚੜ੍ਹ ਕੇ ਚੱਲਣ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਕੋਈ 200 ਦੇ ਕਰੀਬ ਮਹਿਲਾ ਅਤੇ ਪੁਰਸ਼ ਪਹਿਲਵਾਨਾਂ ਨੇ 2 ਦਿਨ ਲਗਾਤਾਰ 10,000 ਦੇ ਕਰੀਬ ਇਕੱਠੇ ਹੋਏ ਕੁਸ਼ਤੀ ਪ੍ਰੇਮੀਆਂ ਦੇ ਸਾਹਮਣੇ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ। ਸਮੂਹ ਪ੍ਰਬੰਧਕਾਂ, ਕੋਚਾਂ ਅਤੇ ਪਹਿਲਵਾਨਾਂ ਲਈ ਗੁਰਦੁਆਰਾ ਹਰੀਸਰ ਮੰਨਣਹਾਣਾ ਵੱਲੋਂ ਹਰ ਸਾਲ ਮੁਫ਼ਤ ਫਲ, ਲੰਗਰ ਅਤੇ ਰਿਹਾਇਸ਼ ਦਾ ਉੱਤਮ ਪ੍ਰਬੰਧ ਕੀਤਾ ਜਾਂਦਾ ਹੈ। ਇੰਨੇ ਵੱਡੇ ਖੇਡ ਮੇਲੇ ਨੂੰ ਹਰ ਪੱਖੋਂ ਸਫਲ ਬਣਾਉਣ ਲਈ ਤਜਰਬੇਕਾਰ ਪ੍ਰਬੰਧਕਾਂ ਦੀ ਇੱਥੇ ਕਦੇ ਘਾਟ ਨਹੀਂ ਆਈ, ਸਗੋਂ ਸਭ ਨਿਸ਼ਕਾਮ ਸੇਵਾ ਹਿੱਤ ਆਪਣੀ ਆਪਣੀ ਡਿਊਟੀ ਨਿਭਾਉਂਦੇ ਹਨ। ਇਹਨਾਂ ਵਿੱਚੋਂ ਸ਼੍ਰੀ ਪੀ.ਆਰ. ਸੋਂਧੀ, ਪ੍ਰੋਫੈਸਰ ਸ਼ੀਤਲ ਸਿੰਘ, ਸਰਦਾਰ ਕੁਲਜੀਤ ਸਿੰਘ, ਸਰਦਾਰ ਰਣਜੋਤ ਸਿੰਘ, ਸਰਦਾਰ ਭੁਪਿੰਦਰ ਸਿੰਘ ਲੁਧਿਆਣਾ, ਸਰਦਾਰ ਜੇ.ਬੀ. ਸਿੰਘ ਪਰਮਾਰ, ਸ਼੍ਰੀ ਜ਼ੋਰਾਵਰ ਸਿੰਘ ਚੌਹਾਨ ਅਤੇ ਰਿਸ਼ਪਾਲ ਕਲੇਰ ਆਦਿ ਦੇ ਨਾਮ ਜ਼ਿਕਰਯੋਗ ਹਨ। ਪਹਿਲਵਾਨਾਂ ਨੂੰ ਆਸ਼ੀਰਵਾਦ ਦੇਣ ਲਈ ਸੰਤ ਬਾਬਾ ਬਲਵੀਰ ਸਿੰਘ ਜੀ, ਸੰਤ ਬਾਬਾ ਜਸਵੰਤ ਸਿੰਘ ਜੀ, ਸੰਤ ਸਵਰਨ ਸਿੰਘ ਚੰਡੇਰ ਮਹਾਂਪੁਰਖਾਂ ਵਾਲੇ ਅਤੇ ਹੋਰ ਅਨੇਕਾਂ ਸੰਤ ਮਹਾਂਪੁਰਸ਼ ਪੂਰਾ ਸਮਾਂ ਹਾਜ਼ਰ ਰਹੇ। ਗੁਰਦੁਆਰਾ ਹਰੀਸਰ ਮੰਨਣਹਾਣਾ ਦੇ ਅਨੰਦ ਸੇਵਕ ਸ਼੍ਰੀ ਜੰਗ ਬਹਾਦਰ ਸਿੰਘ ਪਰਮਾਰ ਨੇ ਕੁਸ਼ਤੀਆਂ ਦੇ ਵਧੀਆ ਸੰਚਾਲਨ ਦੀ ਗੱਲ ਕਰਦੇ ਹੋਏ ਕਿਹਾ ਕਿ ਇਹ ਸੰਤ ਹਰੀ ਸਿੰਘ ਜੀ ਨੇਕੀ ਵਾਲੇ, ਉਹਨਾਂ ਦੀ ਯਾਦ ਵਿੱਚ ਇਹ ਟੂਰਨਾਮੈਂਟ ਕਰਾਇਆ ਜਾਂਦਾ ਅਤੇ ਇਹ 29ਵਾਂ ਭਾਰਤ ਕੇਸਰੀ ਜੰਗਲ ਚੱਲ ਰਿਹਾ ਇਸ ਵੇਲੇ, ਜਿਹਦੇ 'ਚ ਕਿ ਇੰਡੀਆ ਤੋਂ ਹਰ ਕੋਨੇ ਤੋਂ ਵੱਡੇ ਵੱਡੇ ਪਹਿਲਵਾਨ ਆਉਂਦੇ ਆ, ਈਵਨ ਬਾਹਰਲੇ ਮੁਲਕਾਂ ਤੋਂ ਵੀ ਆਉਂਦੇ ਆ। ਇਸ ਵਕਤ ਆਸਟ੍ਰੇਲੀਆ ਤੋਂ ਵੀ ਪਹਿਲਵਾਨ ਆਏ ਆ, ਯੂਕਰੇਨ, ਰਸ਼ੀਆ ਤੋਂ ਵੀ ਆਏ ਹੈਗੇ ਆ ਅਤੇ ਹਰ ਸਾਲ ਹੀ ਪਾਰਟੀਸਪੇਸ਼ਨ ਇਸ ਤਰ੍ਹਾਂ ਹੁੰਦੀ ਹੈਗੀ ਆ ਅਤੇ ਲੜਕੀਆਂ ਦਾ ਦੰਗਲ ਵੀ ਵਿੱਚ ਨਾਲ ਹੀ ਬਰਾਬਰ ਜ਼ਿਆਦਾ। ਇਸ ਦੰਗਲ ਦੇ ਵਿੱਚ ਜਿਹੜੇ ਓਲੰਪਿਕ ਦੇ ਵਿੱਚ ਮੈਡਲ ਲੈ ਕੇ ਆ ਰਹੇ ਆ ਅਤੇ ਵਰਲਡ ਚੈਂਪੀਅਨਸ਼ਿਪ 'ਚ ਮੈਡਲ ਲੈ ਕੇ ਆ ਰਹੇ ਆ, ਏਸ਼ੀਅਨ ਗੇਮਸ 'ਚ, ਕਾਮਨਵੈਲਥ ਗੇਮਸ, ਉਹ ਸਾਰੇ ਬੰਦੇ ਪਾਰਟੀਸਪੇਟ ਕਰ ਰਹੇ, ਕੁੜੀਆਂ ਵੀ ਅਤੇ ਮੁੰਡੇ ਵੀ। ਬਾਕੀ ਇਸ ਦੰਗਲ ਦਾ ਜਿਹੜਾ ਮੇਨ ਮਕਸਦ ਹੈਗਾ ਉਹ ਹਰੀ ਬਾਬਾ ਦੀ ਯਾਦ ਦੇ ਵਿੱਚ ਇਹ ਦੂਰ ਦੂਰ ਤੱਕ ਮੈਸੇਜ ਪਹੁੰਚਾਉਣ ਦਾ ਹੀ ਹੈ, ਸਪੋਰਟਸ ਪੀਸਫੁਲ ਪਰਪਸ ਹੈ ਸਾਰੇ ਇਸ ਦੰਗਲ ਦਾ ਅਤੇ ਔਰ ਮੇਰਾ ਖਿਆਲ ਹੈ ਗਾਹਾਂ ਵੀ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਹਰ ਸਾਲ ਦੀ ਤਰ੍ਹਾਂ ਸ਼੍ਰੀ ਕਮਲ ਚੌਧਰੀ ਹੁਸ਼ਿਆਰਪੁਰ, ਉੱਗੇ ਫਿਲਮ ਸਾਜ ਸ਼੍ਰੀ ਮੰਗਲ ਢਿੱਲੋਂ, ਸ਼੍ਰੀ ਗੁਰਦੇਵ ਸਿੰਘ ਅਰਜਨਾ ਅਵਾਰਡੀ ਅਤੇ ਕੈਬਨਿਟ ਮੰਤਰੀ ਸੋਹਨ ਸਿੰਘ ਟੰਡਲ ਨੇ ਵੀ ਪੂਰਾ ਦਿਨ ਕੁਸ਼ਤੀਆਂ ਦਾ ਆਨੰਦ ਮਾਣਿਆ। ਉੱਗੇ ਕੋਚ ਅਤੇ ਇਸ ਘਰ ਦੇ ਨਿਸ਼ਕਾਮ ਸੇਵਕ ਪ੍ਰੋਫੈਸਰ ਸ਼ੀਤਲ ਸਿੰਘ ਜੀ ਨੇ ਖੇਡ ਮੇਲੇ ਦੇ ਸੁਚੱਜੇ ਪ੍ਰਬੰਧਾਂ ਦਾ ਜ਼ਿਕਰ ਕਰਦੇ ਹੋਏ ਆਪਣੇ ਵਿਚਾਰ ਇੰਜ ਪੇਸ਼ ਕੀਤੇ। 108 ਸੰਤ ਬਾਬਾ ਹਰੀ ਸਿੰਘ ਜੀ ਨੇਕੀ ਵਾਲਿਆਂ ਦੀ ਯਾਦ ਨੂੰ ਸਮਰਪਿਤ 29ਵਾਂ ਭਾਰਤ ਕੇਸਰੀ ਕੁਸ਼ਤੀ ਮੁਕਾਬਲਾ ਜੋ ਮੰਨਣਹਾਣਾ ਦੀ ਧਰਤੀ 'ਤੇ ਗੁਰਦੁਆਰਾ ਗੁਰੂ ਹਰੀਸਰ ਡੇਰਾ ਮੰਨਣਹਾਣਾ ਵਿਖੇ ਹੋ ਰਿਹਾ ਹੈ, ਉਸ ਦੇ ਵਿੱਚ ਦੁਨੀਆ ਭਰ ਤੋਂ ਪਹਿਲਵਾਨ, ਲੜਕੇ ਅਤੇ ਲੜਕੀਆਂ ਆਏ ਹੈ। ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ, ਪਿਛਲੇ 17 ਸਾਲ ਤੋਂ ਅਸੀਂ ਇਹਨਾਂ ਲੜਕੀਆਂ ਦੀਆਂ ਕੁਸ਼ਤੀਆਂ ਦੇ ਨਾਲ ਨਾਲ ਲੜਕੀਆਂ ਦੀਆਂ ਕੁਸ਼ਤੀਆਂ ਵੀ ਸ਼ੁਰੂ ਕੀਤੀਆਂ, ਜਿਹਦੇ ਵਿੱਚ ਸਾਨੂੰ ਬਹੁਤ ਹੀ ਅੱਛੇ ਰਿਜ਼ਲਟ ਪੰਜਾਬ ਦੇ ਅਤੇ ਪੰਜਾਬ ਤੋਂ ਬਾਹਰੋਂ ਜਿਹੜੀਆਂ ਲੜਕੀਆਂ ਉਹਨਾਂ ਦੇ ਮਿਲੇ ਆ। ਇਹ ਜਿਹੜਾ ਕੰਪੀਟੀਸ਼ਨ ਹੈ ਇਹ 8 ਭਾਰ ਵਰਗਾਂ ਵਿੱਚ ਕਰਾਇਆ ਜਾਂਦਾ ਹੈ, ਜਿਹਦੇ ਵਿੱਚ 60 ਕਿਲੋ ਤੱਕ ਸ਼ਾਨੇ ਹਿੰਦ ਅਤੇ 70 ਕਿਲੋ ਤੱਕ ਸਤਾਰੇ ਹਿੰਦ, 80 ਕਿਲੋ ਤੱਕ ਸ਼ੇਰੇ ਹਿੰਦ, 90 ਕਿਲੋ ਤੱਕ ਆਫਤਾਬੇ ਹਿੰਦ,
ਤੇ ਫਿਰ ਪਾੜਿਆਂ ਲਈ ਭਾਰਤ ਕੁਮਾਰ ਤੇ ਓਪਨ ਦੇ ਵਿੱਚ ਭਾਰਤ ਕੇਸਰੀ ਲੜਕਿਆਂ ਦਾ ਟਾਈਟਲ ਆ ਤੇ ਲੜਕੀਆਂ ਦਾ ਵੀ ਓਪਨ ਦੇ ਵਿੱਚ ਭਾਰਤ ਕੇਸਰੀ ਲੜਕੀਆਂ ਨਾਲੇ 50 ਸਾਲ ਤੋਂ ਜਿਹੜੀਆਂ 50 ਕਿਲੋ ਤੋਂ ਥੱਲੇ ਆ ਉਹਨਾਂ ਦੇ ਵਿੱਚ ਭਾਰਤ ਕੁਮਾਰੀ ਲੜਕੀਆਂ ਆ। ਸੋ ਹਰ ਸਾਲ ਲੜਕੀਆਂ ਦੀ ਗਿਣਤੀ ਵੱਧਦੀ ਆ ਔਰ ਲੜਕੀਆਂ ਦਾ ਕੰਪੀਟੀਸ਼ਨ ਵੀ ਬਹੁਤ ਵਧੀਆ ਹੁੰਦਾ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ 2 ਦਰਜਨ ਦੇ ਕਰੀਬ ਰੈਫਰੀ ਸਹਿਬਾਨਾਂ ਤੋਂ ਇਲਾਵਾ ਕੁਸ਼ਤੀ ਮਾਹਿਰਾਂ ਦੀ ਟੈਕਨੀਕਲ ਟੀਮ ਵੀ ਨਿਯੁਕਤ ਕੀਤੀ ਗਈ ਸੀ ਤਾਂ ਕਿ ਹਰ ਕੁਸ਼ਤੀ ਦਾ ਸਹੀ ਨਤੀਜਾ ਕੱਢ ਕੇ ਪਹਿਲਵਾਨਾਂ ਨੂੰ ਬਣਦਾ ਹੱਕ ਅਦਾ ਕੀਤਾ ਜਾ ਸਕੇ। ਕੁਸ਼ਤੀਆਂ ਦੇ ਚਲਦਿਆਂ ਸੰਤ ਬਾਬਾ ਹਰੀ ਸਿੰਘ ਨੇਕੀ ਵਾਲਿਆਂ ਦੀ ਆਲੀਸ਼ਾਨ ਤਸਵੀਰ ਨੂੰ ਫੁੱਲਾਂ ਨਾਲ ਸਜਾਈ ਗੱਡੀ ਵਿੱਚ ਸੰਤ ਬਾਬਾ ਬਲਵੀਰ ਸਿੰਘ ਜੀ ਦੀ ਰਹਿਨੁਮਾਈ ਵਿੱਚ ਖੇਡ ਮੈਦਾਨ ਵਿੱਚ ਲਿਆਂਦਾ ਗਿਆ ਜਿਸ ਦੇ ਅੱਗੇ ਅੱਗੇ ਟੋਲੀਆਂ ਨੇ ਆਪਣੀ ਕਲਾ ਦਾ ਖੁੱਲ ਕੇ ਮੁਜ਼ਾਰਾ ਕੀਤਾ। ਪਹਿਲਵਾਨਾਂ ਨੂੰ ਨਗਦ ਇਨਾਮ ਦੇਣ ਅਤੇ ਦਾਨੀ ਵੀਰਾਂ ਵੱਲੋਂ ਦਿੱਤੀ ਮਾਇਆ ਦਾ ਪਾਈ ਪਾਈ ਦਾ ਲੇਖਾ ਜੋਖਾ ਕਰਨ ਦੀ ਅਹਿਮ ਜ਼ਿੰਮੇਵਾਰੀ ਸਰਦਾਰ ਰਾਮ ਸਰੂਪ ਸਿੰਘ ਬਿੰਜੋ ਅਤੇ ਪ੍ਰਿੰਸੀਪਲ ਬਲਵੀਰ ਸਿੰਘ ਨੇ ਬਹੁਤ ਹੀ ਸੰਜੀਦਗੀ ਨਾਲ ਨਿਭਾਈ। ਜੇਤੂਆਂ ਅਤੇ ਉਪ ਜੇਤੂਆਂ ਨੂੰ ਨਿਵਾਜਣ ਲਈ ਸ਼ਾਨਦਾਰ ਇਨਾਮ ਟਰਾਫੀਆਂ ਅਤੇ ਟਰੈਕ ਸੂਟਾਂ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ। ਪਿਛਲੇ 18 ਸਾਲਾਂ ਤੋਂ ਲਗਾਤਾਰ ਇਨ੍ਹਾਂ ਕੁਸ਼ਤੀਆਂ ਵਿੱਚ ਬਤੌਰ ਦਰਸ਼ਕ ਹਾਜ਼ਰੀ ਭਰਨ ਵਾਲੇ ਸਰਦਾਰ ਬੁੱਧ ਸਿੰਘ ਜੀ ਨੇ ਵੀ ਕੁਸ਼ਤੀਆਂ ਦੇ ਪੱਧਰ ਦੀ ਭਰਪੂਰ ਸ਼ਲਾਘਾ ਕੀਤੀ। ਪਹਿਲਵਾਨਾਂ ਵਿੱਚੋਂ ਪਦਮ ਸ਼੍ਰੀ ਕਰਤਾਰ ਸਿੰਘ ਸਮੇਤ ਬਹੁਤ ਸਾਰੇ ਹੋਰ ਸਾਬਕਾ ਪਹਿਲਵਾਨ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਕਿਸੇ ਵੀ ਮੇਲੇ ਨੂੰ ਬੰਨੀ ਰੱਖਣ ਅਤੇ ਰੌਚਕ ਬਣਾਉਣ ਲਈ ਕਮੈਂਟੇਟਰਾਂ ਦਾ ਅਹਿਮ ਯੋਗਦਾਨ ਹੁੰਦਾ ਹੈ ਜਿਸ ਦੀ ਜ਼ਿੰਮੇਵਾਰੀ ਅੰਤਰਰਾਸ਼ਟਰੀ ਕੋਚ ਸ਼੍ਰੀ ਪੀ.ਆਰ. ਸੋਂਦੀ, ਪ੍ਰੋਫੈਸਰ ਸ਼ੀਤਲ ਸਿੰਘ, ਚਾਚਾ ਰੌਣਕੀ ਰਾਮ ਅਤੇ ਸ਼੍ਰੀ ਸੁਖਦੇਵ ਸਿੰਘ ਰਾਏਪੁਰ ਡੱਬਾ ਨੇ ਬਹੁਤ ਹੀ ਵਧੀਆ ਢੰਗ ਨਾਲ ਨਿਭਾਈ। ਡੇਰੇ ਵੱਲੋਂ ਚਲਾਏ ਜਾ ਰਹੇ ਸਿਹਤ ਕੇਂਦਰ ਦੀ ਮੈਡੀਕਲ ਟੀਮ ਵੱਲੋਂ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਂਦੇ ਹੋਏ ਮੁਫ਼ਤ ਮੈਡੀਕਲ ਸੇਵਾ ਪ੍ਰਦਾਨ ਕੀਤੀ ਗਈ। ਸੰਤ ਹਰੀ ਸਿੰਘ ਨੇਕੀ ਵਾਲੇ ਦੀ ਯਾਦ ਵਿੱਚ ਬਣੇ ਧਾਰਮਿਕ ਅਸਥਾਨ ਗੁਰਦੁਆਰਾ ਹਰੀ ਸਰ ਦੇ ਮੁੱਖ ਸੰਚਾਲਕ ਸੰਤ ਬਾਬਾ ਬਲਵੀਰ ਸਿੰਘ ਜੀ ਅਤੇ ਸੰਤ ਬਾਬਾ ਜਸਵੰਤ ਸਿੰਘ ਜੀ ਵੱਲੋਂ ਜੇਤੂ ਅਤੇ ਉਪ ਜੇਤੂ ਗੱਭਰੂ ਅਤੇ ਮਹਿਲਾ ਪਹਿਲਵਾਨਾਂ ਅਤੇ ਉਹਨਾਂ ਦੇ ਕੋਚਾਂ ਨੂੰ ਨਗਦ ਇਨਾਮਾਂ ਤੋਂ ਇਲਾਵਾ ਪ੍ਰਬੰਧਕ ਸੇਵਾਦਾਰਾਂ ਨੂੰ ਵੀ ਟਰਾਫੀਆਂ ਅਤੇ ਟਰੈਕ ਸੂਟ ਦੇ ਕੇ ਨਿਵਾਜਿਆ ਗਿਆ। ਇਸ ਦੌਰੇ ਭਾਰਤ ਕੇਸਰੀ ਕੁਸ਼ਤੀ ਮੁਕਾਬਲਿਆਂ ਤੇ ਵੱਡੀ ਗਿਣਤੀ ਵਿੱਚ ਪਹੁੰਚੇ NRI ਪਰਿਵਾਰਾਂ, ਦਾਨੀ ਸੱਜਣਾਂ, ਪਹਿਲਵਾਨਾਂ, ਤਕਨੀਕੀ ਮਾਹਰਾਂ, ਪ੍ਰਬੰਧਕਾਂ, ਸੇਵਾਦਾਰਾਂ ਅਤੇ ਸੰਗਤਾਂ ਦਾ ਵਰਤਮਾਨ ਗੱਦੀ ਨਸ਼ੀਨ ਸੰਤ ਬਾਬਾ ਬਲਵੀਰ ਸਿੰਘ ਜੀ ਅਤੇ ਸੰਤ ਬਾਬਾ ਜਸਵੰਤ ਸਿੰਘ ਜੀ ਨੇ ਧੰਨਵਾਦ ਕਰਨ ਦੇ ਨਾਲ ਨਾਲ ਵਿਸ਼ੇਸ਼ ਸਨਮਾਨ ਵੀ ਕੀਤਾ। 200 ਦੇ ਕਰੀਬ ਪਹਿਲਵਾਨਾਂ ਦੇ ਇਸ ਮਹਾਂਦੰਗਲ ਵਿੱਚ ਵੱਖ ਵੱਖ ਵਰਗਾਂ ਲਈ 8 ਟਾਈਟਲ ਦਿੱਤੇ ਗਏ ਜਿਸ ਵਿੱਚ 6 ਮਰਦਾਂ ਲਈ ਅਤੇ 2 ਮਹਿਲਾਵਾਂ ਲਈ ਸਨ। ਚੋਟੀ ਦੀ ਕੁਸ਼ਤੀਆਂ ਦੇਖਣ ਲਈ ਦਰਸ਼ਕਾਂ ਵਿੱਚ ਵਧੇਰੇ ਉਤਸ਼ਾਹ ਦੇਖਣ ਨੂੰ ਮਿਲਿਆ। ਸੰਤ ਬਲਵੀਰ ਸਿੰਘ, ਮੁੱਖ ਸੰਚਾਲਕ ਡੇਰਾ ਮੰਨਣਹਾਨਾ ਨੇ ਕੁਸ਼ਤੀ ਦੰਗਲ ਦੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕਰਦੇ ਕਿਹਾ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਮਾਨ 108 ਸੰਤ ਬਾਬਾ ਹਰੀ ਸਿੰਘ ਜੀ ਨੇਕੀ ਵਾਲਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ 29ਵੇਂ ਗੱਭਰੂਆਂ ਦੇ ਅਤੇ 17ਵੇਂ ਮੁਟਿਆਰਾਂ ਦੇ ਭਾਰਤ ਕੇਸਰੀ ਕੁਸ਼ਤੀ ਮੁਕਾਬਲੇ ਡੇਰਾ ਮੰਨਣਹਾਨਾ ਕੁਟੀਆ ਮਰੂਦਾਂ ਵਾਲੀ ਵਿਖੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੌਰਾਨ ਲਗਭਗ 200 ਪਹਿਲਵਾਨਾਂ ਨੇ ਵੱਖ ਵੱਖ ਭਾਰ ਵਰਗ ਵਿੱਚ ਸਰੀਰਕ ਬਲ ਦਾ ਖੁੱਲ੍ਹ ਕੇ ਪ੍ਰਦਰਸ਼ਨ ਕੀਤਾ। ਇਸ ਕੁਸ਼ਤੀ ਮੇਲੇ ਨੂੰ ਕਾਮਯਾਬ ਕਰਨ ਲਈ ਦੇਸ਼ ਵਿਦੇਸ਼ ਦੀ ਸੰਗਤ ਨੇ 2 ਦਿਨ ਹਾਜ਼ਰੀ ਭਰ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਅਸੀਂ ਡੇਰੇ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਅਤੇ ਵਿਦੇਸ਼ਾਂ ਤੋਂ ਕੋਈ 10,000 ਦੇ ਕਰੀਬ ਦਰਸ਼ਕ ਖੇਡ ਮੇਲੇ ਦੇ ਦੋਨੇ ਦਿਨ ਰੋਜ਼ਾਨਾ ਹਾਜ਼ਰੀ ਭਰਦੇ ਹਨ। ਕੁਸ਼ਤੀਆਂ ਦੌਰਾਨ ਸੇਵਾਦਾਰਾਂ ਵੱਲੋਂ ਗੁਰੂ ਕਾ ਲੰਗਰ ਸਮੂਹ ਸੰਗਤ ਅਤੇ ਦਰਸ਼ਕਾਂ ਲਈ ਨਿਰਵਿਘਨ ਜਾਰੀ ਰੱਖਿਆ ਗਿਆ। 10,000 ਦੇ ਕਰੀਬ ਪਹੁੰਚੀ ਸੰਗਤ ਲਈ ਇਲਾਕਾ ਨਿਵਾਸੀਆਂ ਵੱਲੋਂ ਫ੍ਰੀ ਗੰਨੇ ਦੇ ਰਸ ਦੇ ਖੁੱਲੇ ਲੰਗਰ ਚਲਾਏ ਗਏ। ਇਹ ਸਾਲਾਨਾ ਕੁਸ਼ਤੀ ਮੁਕਾਬਲੇ ਹਰ ਸਾਲ ਇੱਕ ਵੱਡੇ ਮੇਲੇ ਦਾ ਰੂਪ ਧਾਰਨ ਕਰ ਜਾਂਦੇ ਹਨ। ਵੱਖ ਵੱਖ ਕੁਸ਼ਤੀ ਮੁਕਾਬਲੇ ਵੱਖ ਵੱਖ ਸ਼ਖਸੀਅਤਾਂ ਵੱਲੋਂ ਆਰੰਭ ਕਰਵਾਏ ਗਏ। ਮੁਟਿਆਰਾਂ ਦੀਆਂ ਕੁਸ਼ਤੀਆਂ ਨੂੰ ਦੇਖ ਕੇ ਹਰ ਕੋਈ ਦੰਦਾਂ ਹੇਠ ਉਂਗਲੀ ਦਬਾਉਣ ਲਈ ਮਜਬੂਰ ਹੋ ਗਿਆ ਅਤੇ ਇਹਨਾਂ ਕੁਸ਼ਤੀਆਂ ਰਾਹੀਂ ਔਰਤ ਸਮਾਜ ਨੂੰ ਹਰ ਖੇਤਰ ਵਿੱਚ ਅੱਗੇ ਆਉਣ ਲਈ ਪ੍ਰੇਰਣਾ ਮਿਲੀ। ਇਹਨਾਂ ਮਹਿਲਾ ਪਹਿਲਵਾਨਾਂ ਨੇ ਮਰਦਾਂ ਵਾਂਗ ਕੁਸ਼ਤੀ ਹੁਨਰ ਦਾ ਖੁੱਲ੍ਹ ਕੇ ਪ੍ਰਦਰਸ਼ਨ ਕੀਤਾ।
हर कैटेगरी चो जेतु पहलवान दे नाल नाल अगलिया तीन पोजिशन हासिल करने वाले पहलवाना नु भी उन्हां दे कोचा समेत सम्मानित किया गया। सम्मान विच वड्डी नगद राशि दे नाल नाल ट्रैक सूट अते यादगारी चिन्ह भी शामिल सन। कुश्ती मुकाबले की समाप्ति ते प्रमुख कुश्ती कोच श्री पी आर सोंदी ने जेतु ते उप जेतु पहलवाना दा वेरवा साडे प्रतिनिधि सरदार अवतार सिंह गोविंदपुरी नाल सांझा करदे कहा कि 108 संत बाबा हरी सिंह जी नेकी वालियां दी याद नू समर्पित 29वां गबरुआं दा ते 17वां औरतां दा मटियारां दा ये दोहरे भारत केसरी कुश्ती मुकाबले मननहाना दी धरती ते संतां दे सेवक बलवीर सिंह जसवंत सिंह अते उन्हां दे श्रद्धालु जेवी सिंह परमार दे उपराले सदका ये टूरनामेंट 1983 शुरू होया सी ते अज यह अपने जोवन ते टूरनामेंट चल रहा है जिसनों कहा जा सकता भी हिंदुस्तान का यह पहला टूरनामेंट है जिहड़ा लगातार 1983 तो चल के हुण तक वधिया कारगुजारी दिखा रहा है। तो इस टूरनामेंट के तकरीबन हिंदुस्तान के सारे अच्छे पहलवान लड़ चुके हैं ते विदेशी पहलवान भी जॉर्जिया यूक्रेन ईरान पाकिस्तान अते होर भी कई मुल्कों तो ये पहलवान इत्थे अपनी जोर अजमाई कर चुके हैं। ओलंपिक दे मैडलिस्ट सुशील कुमार जोगेश बरदत्त ते कैनेडा दा सिल्वर मैडलिस्ट टू पहलवान इन्होंने भी इत्थे पार्टिसिपेट किया है ते तगमे भी जीते हैं। इस साल के जिहड़े मुकाबले होए हैं उन्होंने 60 किलो वर्ग छाने हिंद का टाइटल जितने दे विच रोहतक का पहलवान प्रदीप कामयाब हुआ। उसने अपने विरोधी पहलवान विक्की दिल्ली नूं हरा के ये टाइटल जितया। तो 70 किलो वर्ग के राहुल मान दिल्ली के पहलवान ने सुनील मोनू झज्जर के पहलवान नूं हरा के सितारे हिंद का टाइटल जितया। 80 किलो वर्ग आफताब हिंद धीरज दिल्ली के पहलवान ने पंकज राणा नेवी के पहलवान हरा के आफताब हिंद का टाइटल जितया। तो 90 किलो वर्ग शेरे हिंद के टाइटल वास्ते प्रवीण राणा ने प्रभपाल सिंह जीरकपुर के पहलवान हरा के शेरे हिंद का टाइटल जितया। तो इस तरह भारत कुमारी के टाइटल दे विच दिल्ली की निशा ने प्रीति पंजाब की पहलवान हरा के भारत कुमारी का टाइटल जितया। तो भारत किसी लड़कियों की कुश्ती दे विच सुमन कुंडू रोहतक ने गुरशरण प्रीत कौर पंजाब पुलिस की पहलवान हरा के भारत केसरी लड़कियों का टाइटल जितया। तो भारत कुमार का टाइटल जितने के कामयाब होया मनवीर सिंह लालपुर खालसा कॉलेज जलंधर का विद्यार्थी मोदी कॉलेज पटियाला के पहलवान बजिंदर सिंह नूं हरा के भारत कुमार का टाइटल जितने के कामयाब होया मनवीर सिंह। इस तरह भारत केसरी के टाइटल की जिहड़ी कुश्ती हुई है बड़ी जबरदस्त कुश्ती हुई है। तो उस कुश्ती दे विच सत्या वर्त रोहतक दे पहलवान ने दिल्ली दे सुमीत पहलवान नूं हरा के भारत केसरी दा टाइटल जितने दे विच कामयाब होया। तो 151,000 सब तो बड़ा नाम जिहड़ा जितने दे विच कामयाब होया सत्या वर्त रोहतक दा पहलवान।